ਪਹਿਲੀ ਬੁਰਕੀ ਮੂੰਹ 'ਚ ਪਾਈ ਤਾਂ ਦੇਖਿਆ ਸਬਜ਼ੀ 'ਚ ਨਮਕ ਬਹੁਤ ਜ਼ਿਆਦਾ ਹੈ। ਪਰ ਉਹ ਸਮਝ ਗਿਆ ਕਿ ਕਲੇਸ਼ ਆ ਚੁੱਕਾ ਹੈ। ਉਸਨੇ ਚੁੱਪਚਾਪ ਖਾਣਾ ਖਾ ਲਿਆ ਅਤੇ ਚਲਾ ਗਿਆ। ਇਸ ਤੋਂ ਬਾਅਦ ਛੋਟਾ ਭਰਾ ਆਇਆ, ਖਾਣਾ ਖਾਣ ਲੱਗੇ ਉਸਨੂੰ ਵੀ ਨਮਕ ਬਹੁਤ ਜ਼ਿਆਦਾ ਲੱਗਾ। ਉਸਨੇ ਪੁੱਛਿਆ, ਵੱਡੇ ਵੀਰ ਜੀ ਖਾਣਾ ਖਾ ਗਏ? ਉੱਤਰ ਮਿਲਿਆ, ਹਾਂਜੀ ਖਾ ਗਏ। ਕੁਝ ਕਿਹਾ ਤਾਂ ਨਹੀਂ ਉਹਨਾਂ ਨੇ? ਨਹੀਂ ਨਹੀਂ ਕੁਝ ਨਹੀਂ ਕਿਹਾ। ਛੋਟੇ ਭਰਾ ਨੇ ਸੋਚਿਆ, ਜਦੋਂ ਵੱਡੇ ਵੀਰ ਜੀ ਕੁਝ ਨਹੀਂ ਬੋਲੇ, ਮੈਂ ਵੀ ਚੁੱਪ ਕਰਕੇ ਖਾਣਾ ਖਾ ਲੈਂਦਾ ਹਾਂ। ਉਸਨੇ ਖਾਣਾ ਖਾ ਲਿਆ ਅਤੇ ਚਲਾ ਗਿਆ। ਇਸ ਤੋਂ ਬਾਅਦ ਸਭ ਤੋਂ ਛੋਟਾ ਭਰਾ ਆਇਆ। ਉਸਨੇ ਵੀ ਪੁੱਛਿਆ ਕਿ ਵੱਡੇ ਵੀਰ ਜੀ ਖਾਣਾ ਖਾ ਗਏ? ਕੁਝ ਬੋਲੇ ਤਾਂ ਨਹੀਂ? ਉੱਤਰ ਮਿਲਿਆ, ਹਾਂ ਖਾ ਗਏ, ਕੁਝ ਨਹੀਂ ਬੋਲੇ। ਸਭ ਤੋਂ ਛੋਟੇ ਨੇ ਵੀ ਚੁੱਪਚਾਪ ਖਾਣਾ ਖਾ ਲਿਆ ਅਤੇ ਚਲਾ ਗਿਆ। ਰਾਤ ਨੂੰ ਕਲੇਸ਼ ਉਸ ਆਦਮੀ ਦੇ ਕੋਲ ਆਇਆ ਅਤੇ ਕਹਿੰਦਾ, ਮੈਂ ਜਾ ਰਿਹਾ ਵਾਪਸ। ਆਦਮੀ ਪੁੱਛਦਾ ਹੈ, ਕਿਉਂ, ਕੀ ਗੱਲ ਹੋ ਗਈ? ਕਲੇਸ਼ ਕਹਿੰਦਾ, ਉਹ ਯਾਰ ਤੁਸੀਂ 1 ਕਿਲੋ ਨਮਕ ਖਾ ਗਏ ਪਰ ਕੋਈ ਲੜਾਈ ਝਗੜਾ ਨਹੀਂ ਕੀਤਾ। ਮੇਰੀ ਇੱਥੇ ਦਾਲ ਨਹੀਂ ਗਲਣੀ, ਮੈਂ ਹੋਰ ਕੋਈ ਘਰ ਦੇਖਦਾ ਹਾਂ। ਸਦਾ ਪਿਆਰ ਪ੍ਰੇਮ ਵੰਡਦੇ ਰਹੋ, ਛੋਟੇ ਵੱਡੇ ਦੀ ਕਦਰ ਕਰੋ। ਜੋ ਵੱਡੇ ਨੇ ਉਹ ਵੱਡੇ ਹੀ ਰਹਿਣਗੇ, ਚਾਹੇ ਤੁਹਾਡੀ ਕਮਾਈ ਉਹਨਾਂ ਤੋਂ ਜ਼ਿਆਦਾ ਹੋ ਜਾਏ। ਚੰਗੇ ਨਾਲ ਚੰਗੇ ਬਣੋ ਪਰ ਬੁਰੇ ਨਾਲ ਬੁਰੇ ਨਹੀਂ, ਕਿਉਂਕਿ ਹੀਰੇ ਨਾਲ ਹੀਰਾ ਤਰਾਸ਼ਿਆ ਜਾ ਸਕਦਾ ਪਰ ਚਿੱਕੜ ਨਾਲ ਚਿੱਕੜ ਨਹੀਂ ਸਾਫ਼ ਕੀਤਾ ਜਾ ਸਕਦਾ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸਨੂੰ ਸ਼ੇਅਰ ਜ਼ਰੂਰ ਕਰਨਾ। ਜੇ ਤੁਸੀਂ ਸਾਡੇ ਚੈਨਲ ਬੀਂਗ ਸਿੱਖ 'ਤੇ ਪਹਿਲੀ ਵਾਰ ਆਏ ਹੋ ਤਾਂ ਇਸਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਤੁਸੀਂ ਸਾਨੂੰ ਇੰਸਟਾਗ੍ਰਾਮ ਐਂਡ ਫੇਸਬੁੱਕ 'ਤੇ ਵੀ ਲਾਈਕ ਐਂਡ ਫੋਲੋ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।